स्वागत है किसान भीरों तुहाडा अपने यूट्यूब चैनल ढिलो डेयरी फार्म बरनाला दे विच। सो जिहड़े किसान भीर अपने इस चैनल ते वीडियो पहली बार देख रहे हैं उन्हां नूं रिक्वेस्ट आ कि अपने यूट्यूब चैनल जो सबसक्राइब कर लिओ। सो किसी भी वीर ने इदां दी ऐड करवाउणी होवे तां मेरा मोबाइल नंबर है 8427-19817। सो अज दी वीडियो विच आपां तुहानूं चार नग दिखावांगे, एक बैड गपड़ा झोटी ताजी सूई है अते इक साहीवाल च पैंदी बैड ताजी सूई है ते चार नग विक्री वाले। सत श्री अकाल भाई। हाँ जी मेरे नाम एड्रैस बोल दो जी अपना। मेरे नाम जस्सा पिंड ताजपुर जिला लुधियाना रायपुर दी। ते नंबर बोले भाई अपना 9647-66662। पहले नंबर आप जी झोटी देखते पे किन्ना का टाइम हो गया सुई ने नूं मेरे घंटा का होया जी। बच्चा इन्हें की देता जी? बच्चा कटाई। ठीक है बच्चा कटा का दूसरा सुआ सुई है ना? दूसरा सुआ। ठीक है जेरा हजे दी पेंडिंग का। ते दूध दा अंदाजा ए लईए किन्ना का दे दूं? पहले मेरे ने 12 किलो झोटी दे दित्ता। ठीक है मान लिए भी 12 तो 12 वाली हैगी है। नहीं नहीं एक ही मेरे 15-16 दी क्या। ठीक है फिर 14-15 किलो दे सकदी है। ठीक है ते मुल्ल इहदा की रखिया भाई? मुल्ल वीर इहदा मुल्ल फोन ते तोड़ दियो बाहर नूं। सो फिर मुल्ल वीर कहिंदा फोन ते करांगे। 12 किलो दसदे पिया कहिंदे पहले सूए हैगा अंदाजा 14-15 किलो दा, बाकी निरख फर्क तुसीं आपदी आप करनी है। सिंग मूँह मत्था सोहना खैर कद बिड़ च पैंदी आ, अडर ते नाड़ा वगैरह भी सोहणियां दिखाई दिंदियां पईआं, साफ सुथरा लेवा दिखाई दिंदा पिया। चमड़ी जिहे विच लचका बहुत ज्यादा दुध पा सकदी है वधिया। ਕੱਦ ਬੈਡ ਪੂਰਾ ਡਬਲਾ ਪਿੱਛੇ ਕੱਟਾ ਤਾਜ਼ੀ ਸੂ ਚੁੱਕੀ ਹੈ ਅਤੇ ਕੋਈ ਔਲ ਵਗੈਰਾ ਤਾਂ ਨਹੀਂ ਕਰੀ ਵੀਰੇ? ਨਹੀਂ ਵੀਰੇ। ਠੀਕ ਹੈ ਸੋ ਔਲ ਵਗੈਰਾ ਕੋਈ ਨਹੀਂ ਕਰਦੀ, ਬਸ ਜੇਰ ਜਦੋਂ ਬਹਿ ਗਈ ਘੰਟੇ ਖਾਣ ਤੱਕ ਪੈਂਡਿੰਗ ਹੈ ਜੀ ਪੈ ਜੂਗੀ। ਸੋ ਲੇਵਾ ਦੇਖੋ ਸੋਹਣਾ ਵਧੀਆ ਚਵਾਈ ਵਾਲਾ ਥਾਣ ਲੱਗਿਆ ਹੋਇਆ, ਦੂਸਰਾ ਸੂਆ ਤਾਜ਼ੀ ਸੂਈ ਹੋਈ। ਅਤੇ ਬਾਈ ਦੂਜੇ ਨੰਬਰ ਆਪਾਂ ਜਿਹੜੀ ਜਰਸੀ ਦੇਖਦੇ ਪਏ ਹਾਂ ਜੀ, ਇਹ ਕਿਹੜਾ ਸੂਆ ਜੀ? ਇਹ ਦੂਜਾ ਸੂਆ ਸੋਹਣੀ ਹੈ। ਕਹਿ ਕਿਤੇ ਲੈ ਜੂ ਅਜੇ? ਅਜੇ ਹਫ਼ਤਾ ਲੈ ਜੀ, ਇੱਕ ਹਫ਼ਤਾ ਕਸੂਣ 'ਚ ਬਾਕੀ ਅੰਦਾਜ਼ਾ ਦੁੱਧ ਵਾਲਾ। ਪਹਿਲੇ ਸੂਏ ਪਲੂਨ ਨੇ 15 ਕਿਲੋ ਦਿੱਤਾ ਜੀ। ਠੀਕ ਹੈ ਮਾਲੀ ਪਲੱਸ ਦੀ ਉਮੀਦ ਹੈਗੀ ਇਸ ਵਾਰ। ਹਾਂਜੀ ਤੇ ਭਾਅ ਇਹਦਾ ਜੀ? ਭਾਅ ਇਹਦਾ 55,000 ਮਾਨਤਨ ਹੋ ਜੂਗਾ? ਮਾਨਤਨ ਤੋਰ ਦੇ ਬਾਹਰ ਨੂੰ। ਸੋ ਵੀਰ ਦੂਜੇ ਨੰਬਰ ਤੇ ਜਰਸੀ ਬੈੜ ਪਕਾਊਗਾ, ਦੂਜਾ ਸੂਆ ਸੁੰਦੀ ਪਈ ਆ, ਦੁੱਧ 16-17 ਕਿਲੋ ਤੱਕ ਦਾ ਅੰਦਾਜ਼ਾ ਕਿਉਂਕਿ 15 ਕਿਲੋ ਮਲਕ ਦੱਸਦੇ ਆ ਪਹਿਲੇ ਸੂਏ ਦਿੱਤਾ। ਭਾਅ 55,000 ਰੁਪਇਆ ਕੱਦ ਦੇ ਵਿੱਚ ਪੈਂਦੀ ਹੈ, ਜਾਨ 'ਚ ਪੈਂਦੀ ਹੈ, ਇਹ ਨਹੀਂ ਵੀ ਲੱਸੀ ਨਾ ਵੀ ਕਿਸੇ ਪਾਸਿਓਂ ਥਣ ਲੇਵੇ ਦੀ ਸਾਫ਼ ਸੁਥਰੀ ਆ, ਨੰਗੇ ਲੇਵੇ ਦੀ ਅੱਗੇ ਪਿੱਛੇ ਦਾ ਹਵਾ ਨਾ ਇਹਦਾ ਦੇਖ ਸਕਦੇ ਹੋ। ਹਾਲੇ ਬਲ ਢਿੱਲਾ ਬਹੁਤ ਪਈਆਂ, ਹਫ਼ਤਾ ਲੈ ਕੇ ਸੂਗੀ ਅਤੇ ਵਧੀਆ ਬਣ ਕੇ ਸੂਗੀ ਅਤੇ ਲੈ ਚਲੋ ਬਾਈ। ਸੋ ਮੂੰਹ ਮੱਥਾ ਵੀ ਸੁਨੱਖਾ ਅਤੇ ਬਾਕੀ ਥਣ ਸੋਹਣਾ ਮੁੱਠੀ ਵਾਲਾ ਲੱਗਿਆ ਹੋਇਆ ਵਧੀਆ, ਥਣ ਚੰਗਾ ਕੱਢੂ ਇਹ ਨਹੀਂ ਗੱਲ ਵੀ ਥਣ ਛੋਟਾ ਕਿਸੇ ਪਾਸਿਓ, ਅਤੇ ਬਾਕੀ ਨਾੜਾ ਵਗੈਰਾ ਵੀ ਆਰਡਰ ਦੇ ਸੋਹਣੀਆਂ ਦਿਖਾਈ ਦਿੰਦੀਆਂ ਬਾਈ ਦੇਖ ਸਕਦੇ ਹੋ, ਪੂਰਾ ਸੋਹਣਾ ਮੁੱਠੀ ਵਾਲਾ ਥਣ ਲੱਗਿਆ ਹੋਇਆ ਦੇ, ਠੰਡੀ ਵਗੈਰਾ ਪੂਰੀ ਫੁੱਲ ਆ ਜਾਵਾਂ, ਪੂਰੀ ਸਾਫ਼ ਸੁਥਰੀ ਸੋਹਣੇ ਚੰਗੇ ਹਵਾਨੇ ਦੀ ਲੇਵਾ ਅੱਗੇ ਪਿੱਛੇ ਦਾ। ਅਤੇ ਭਾਅ ਸਿਰਫ 55,000 ਅਤੇ ਮਾਨਤਾਨ ਮਾੜਾ ਮੋਟਾ ਹੋ ਜੂਗਾ ਜੀ। ਅਤੇ ਤੀਜੇ ਨੰਬਰ ਜਿਹੜੀ ਇਹ ਦੇਖਦੇ ਪਏ ਆਪਾਂ ਜੀ, ਇਹਨੂੰ ਕਿਆ ਕਿਧਰ ਹੋ ਗਏ ਸੂਈ ਨੂੰ? ਹਫ਼ਤਾ ਹੋ ਗਿਆ ਵੀਰੇ ਸੂਈ ਨੂੰ ਆ ਬੱਚਾ। ਠੀਕ ਆ ਆ ਇਹਦੇ ਪਿੱਛੇ ਦੰਦ ਬੱਚੀ ਆ। ਅੱਛਾ ਬੱਚੀ ਆ ਪਿੱਛੇ ਦੇ ਹਰ ਸ਼ਹਿਰ ਦੀ ਨਾ? ਸੋ ਬੱਚਾ ਇਹਦੇ ਪਿੱਛੇ ਆ ਗਿਆ ਹਰ ਸ਼ਹਿਰ ਦੀ ਬੱਚੀ। ਅਤੇ ਕਿੰਨਾ ਕੁ ਦੁੱਧ ਹੋਊਗਾ ਜੀ ਹੁਣ? ਦੁੱਧ ਕਿੰਨਾ ਹੋਊਗਾ? ਲਗਭਗ 12 ਦੇ। ਹਾਂ ਜੀ ਪੂਰਾ ਤੋਲ ਕੇ। ਠੀਕ ਆ ਨਿਆਣਾ ਪਾਉਣਾ ਪੈਂਦਾ ਜੀ? ਹਾਂ ਜੀ ਨਿਆਣਾ ਪਾਉਣਾ। ਠੀਕ ਆ ਅੰਦਾਜ਼ਾ ਵੀ 14 ਕੁ ਤੱਕ ਜਾ ਸਕਦੀ ਆ? ਹਾਂ ਜੀ 15 ਵੀ ਦੇ ਸਕਦੀ ਆ। ਠੀਕ ਹੈ ਅਤੇ ਇਹਦਾ ਮੁੱਲ ਆਪਾਂ ਵੇਚਣ ਵਾਲਾ ਕੀ ਕਰਦੇ ਹਾਂ? 35,000 ਤੋਰ ਦਿਓ ਬਾਹਰ ਨੂੰ। ਸੋ ਫਿਰ ਤੀਜੇ ਨੰਬਰ 'ਤੇ ਸੂਈ ਸਵਾਈ ਇੱਕ ਹਫ਼ਤੇ ਦੇ ਲਗਭਗ ਦੀ, ਦੁੱਧ 12 ਕੁ ਲੀਟਰ ਰੈਡੀ ਆ ਅਤੇ ਭਾਅ ਇਹਦਾ ਹੈਗਾ 35,000 ਰੁਪਏ ਦਾ। 35,000 ਤੋਂ ਵੀਰ ਮਾਨਤਾਨ ਮਾੜਾ ਮੋਟਾ ਮੌਕੇ 'ਤੇ ਕਰ ਦੇਣਗੇ। ਬੈੜ ਚੰਗੀ ਆ ਸੂਈ ਸਵਾਈ ਅਤੇ ਜਾਣ ਜਾਤ 'ਚ ਪੈਂਦੀ ਆ ਚੰਗੀ, ਥਣ ਵੀ ਸੋਹਣਾ ਮੁੱਠੀ ਵਾਲਾ ਕੱਢਦੀ ਆ ਅਤੇ ਨਿਆਣਾ ਪਾਉਣਾ ਪੈਂਦਾ ਜੀ ਇਹਦੇ? ਸੋ ਨਿਆਣਾ ਵੀਰ ਕਹਿੰਦੇ ਪਾਉਣਾ ਪੈਂਦਾ ਹੈਗਾ, 12 ਕਿਲੋ ਦੁੱਧ ਇਹਦੇ ਥੱਲੇ ਹਾਜ਼ਰ ਆ ਜਾਵਾਂ। ਠੀਕ ਆ ਸੋ ਅਤੇ ਬਾਈ ਚੌਥੇ ਨੰਬਰ ਜਿਹੜੀ ਆਪਾਂ ਦੇਖਦੇ ਹਾਂ ਸਾਹੀਵਾਲ 'ਚ ਬੈੜ, ਇਹਨੂੰ ਕਿੰਨਾ ਕੁ ਟਾਈਮ ਹੋ ਗਿਆ ਲਗਭਗ ਸੂਈ ਨੂੰ? ਘੰਟਾ ਕੀ ਵੀਰੇ ਇਹਨੂੰ ਹੋਇਆ? ਬੱਚਾ ਕੀ ਦੇਤਾ ਇਹਨੇ? ਬੱਸਾ ਵੀ। ਠੀਕ ਹੈ ਸਾਹੀਵਾਲ 'ਚ ਪੈਂਦੀ ਹੈ ਹੈ ਨਾ? ਅਤੇ ਜੇਰ ਇਹਦੀ ਵੀ ਪੈਂਡਿੰਗ ਵਾਲੇ ਹੈ ਨਾ? ਠੀਕ ਇਕੱਠੀਆਂ ਹੀ ਹੁੰਛੂ ਹੋਣਗੀਆਂ ਮੱਝ ਦੇ ਨਾਲ। ਠੀਕ ਹੈ ਇਹ ਤੋਂ ਆਪਾਂ ਅੰਦਾਜ਼ਾ ਇਹ ਦੁੱਧ ਦਾ ਵੀਰੇ? ਇਹ ਦੁੱਧ ਵੀਰੇ ਦੇਈ ਦੇਊਗੀ 15 ਕਿਲੋ। ਠੀਕ ਹੈ ਹੁਣ ਠੰਡੀ ਹੈ ਵੈਸੇ? ਠੰਡੀ ਹੈ। ਠੀਕ ਹੈ ਇਹਦਾ ਭਾਅ ਕੀ ਰੱਖਿਆ ਆਪਾਂ? ਇਹਦਾ ਵੀਰੇ 45,000। 45,000 'ਚ ਮਾਨਤਨ ਹੋ ਜੂ ਮਾੜਾ ਮੋਟਾ। ਸੋ ਵੀਰੇ ਚੌਥੇ ਨੰਬਰ 'ਤੇ ਸਾਹੀਵਾਲ ਪਲੂਨ ਸੂਈ ਹੋਈ ਹੈ ਪਿੱਛੇ ਬੱਛਾ ਅਤੇ ਘੰਟਾ ਕੁ ਲਗਭਗ ਹੋਇਆ ਇਹਨੂੰ ਸੂਈ ਨੂੰ ਅਤੇ ਭਾਅ ਵੀਰਾਂ ਨੇ ਕੀਤਾ 45,000। ਬੱਚੇ ਕੋਲ ਲੈ ਜਾ ਥੋੜ੍ਹਾ, ਬੱਚੇ ਦਾ ਕਰਦੀ ਹੈ ਤਾਜ਼ੀ ਸੂਈ ਜਾਣ ਅਤੇ ਕੱਦ ਬੇੜੇ 'ਚ ਪੈਂਦੇ ਆ ਇਹ, ਲੱਸੀ ਨਾ ਵੀ ਨਹੀਂ ਕਿਸੇ ਪਾਸਿਓ। ਸੋ ਲੇਵਾ ਦੇਖੋ ਥੱਲੇ ਤੋਂ, ਲੇਵਾ ਸੋਹਣਾ ਚੰਗਾ ਉਹਦੇ ਸਾਨੂੰ ਚੰਗਾ ਪਾ ਦੂ। 45,000 ਵੀਰਾਂ ਨੇ ਇਹਦਾ ਭਾਅ ਕੀਤਾ ਸਿਰਫ। ਅਤੇ ਬਾਈ ਨੰਬਰ ਦੁਬਾਰੇ ਫਿਰ ਬੋਲ ਜੇ ਇੱਕ ਵਾਰੀ। ਨੰਬਰ ਵੀਰੇ 9647-66662, ਪਿੰਡ ਤਾਜਪੁਰ ਜ਼ਿਲ੍ਹਾ ਲੁਧਿਆਣਾ ਪੈ ਗਿਆ, ਰਾਏਕੋਟ ਦੇ ਨਾਲ ਪੈ ਗਿਆ। ਠੀਕ ਹੈ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ, ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ।